जिवें जिवें 2022 दीआं चोणां नज़दीक आ रहीआं ने उवें उवें वख वख पार्टियां वल्लों जिथे कि चोण सरगर्मियां तेज़ कीतीआं होईआं ने, पर जे गल करिए विकास की तां विकास किते ना किते आके अड़किआ होया है। अज असीं वार्ड नंबर 7 मोगा दे वार्ड नंबर 7 करतार नगर विच खड़े हाँ कि थोड़ा जिहा मीह पैंदा है ते पाणी जिहड़ीआं सड़कां ने उह पूरी तरहां भर जांदीआं ने। मैं तुहानूं तस्वीरां विखा रहा वा, नगर निगम वालों पहला ही बारिशों तो पहला एक बार सीवरेज की जिहड़ी सफाई आ जरूरी सी करवाउणी, पर किते ना किते प्रशासन वालों इस चीज़ को अनदेखा किया गया ते लोगों नूं जिहड़ीआं परेशानियां आ रही ने। गलबात भी करांगे लोगों के नाल कि क्यों जिहड़ा विकास नहीं हुंदा, क्यों जिहड़े नगर निगम के जिहड़े कर्मचारी ने जां मुलाजम ने क्यों नहीं सुनवाई करते। साढ़े नाल कुछ लोग ने वार्ड नंबर 7 दे उन्हां नाल गलबात करते हैं कि कहना उन्हां दा। सत श्री अकाल जी। सत श्री अकाल। विकास है जिहड़ा मीह थोड़ा जिहा भी पैंदा ते वार्ड नंबर 7 आ जां कोई भी जिहड़ा एरिया वा मोगे दा उत्थे पानी खड़ा हो जांदा, की कहना चाहोगे इहदे बारे? ਤੁਸੀਂ ਪਹਿਲਾਂ ਹੀ ਵਿਕਾਸ ਦੀਆਂ ਤਸਵੀਰਾਂ ਤਾਂ ਲੈ ਚੁੱਕੇ ਹੋ, ਹੈ ਨਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਆ ਕਿ ਜਦੋਂ ਵੀ ਅਸੀਂ ਸ਼ਿਕਾਇਤ ਦਰਜ ਕਰਾਉਂਦੇ ਹਾਂ ਜਿਹੜੇ ਨੰਬਰ ਮੁਹੱਈਆ ਕਰਵਾਏ ਗਏ ਨੇ ਤਾਂ ਉੱਥੇ ਨਾਮ ਲਿਖ ਲਿਆ ਜਾਂਦਾ, ਇਸ ਤੋਂ ਬਾਅਦ ਕੋਈ ਕਾਰਵਾਈ ਨਹੀਂ। ਸਿਰਫ ਨਾਮ ਲਿਖਣ ਤੱਕ ਸੀਮਤ ਆ, ਫਲਾਣੇ ਬੰਦੇ ਨੇ ਕੰਪਲੇਂਟ ਪਾਤੀ ਆਈ, ਠੇਕੇਦਾਰਾਂ ਦੇ ਵੀ ਨੰਬਰ ਦੇ ਦਿੰਦੇ ਆ ਸਾਨੂੰ, ਅਸੀਂ ਉਹਨਾਂ ਨੂੰ ਆਪ ਕਾਲ ਕਰਦੇ ਹਾਂ ਪਰ ਸੁਣਵਾਈ ਕੋਈ ਨਹੀਂ ਹੈ। ਮੈਂ ਮੇਰੇ ਫੋਨ 'ਚ ਸੇਵ ਨੇ, ਮੈਂ ਖੁਦ ਉਹਨਾਂ ਨੂੰ ਨੰਬਰ ਲਾਈਟਿੰਗ ਨੂੰ ਲੈ ਕੇ ਲੈ ਲਓ, ਚਾਹੇ ਸੀਵਰੇਜ ਨੂੰ ਲੈ ਕੇ ਦੇਖ ਲਓ, ਕੰਪਲੇਂਟ ਮੇਰੀਆਂ ਇੱਕ ਇੱਕ ਹਫ਼ਤੇ 'ਚ ਤਿੰਨ ਤਿੰਨ ਜਾਂਦੀਆਂ ਪਰ ਸੁਣਵਾਈ ਕੋਈ ਨਹੀਂ ਹੈ। MLA ਕਾਂਗਰਸ ਦਾ ਹੈ ਅਤੇ ਜਿਹੜੇ ਮੇਅਰ ਸਾਹਿਬ ਬਣਾਏ ਨੇ ਉਹ ਵੀ ਕਾਂਗਰਸ ਦੇ ਨੇ ਅਤੇ ਜਿਹੜੇ ਤੁਹਾਡੇ ਇੱਥੋਂ ਦੇ ਕੌਂਸਲਰ ਨੇ ਉਹ ਅਕਾਲੀ ਦਲ ਦੇ ਨੇ, ਕੀ ਕਹਿਣਾ ਚਾਹੋਗੇ? ਕੌਂਸਲਰ ਹੈ ਜਿਹੜੇ ਤੁਹਾਡੇ ਉਹ ਸ਼ਿਕਾਇਤਾਂ ਕਰਦੇ ਨੇ ਨਗਰ ਨਿਗਮ ਦੇ ਵਿੱਚ ਜਾ ਕੇ? ਜੀ, ਮੈਂ ਇੱਕ ਦਿਨ ਵੀਡੀਓ ਜਾਰੀ ਕੀਤੀ ਹੋਈ ਜਿਹਦੇ ਵਿੱਚ ਫਾਈਲਾਂ ਦਾ ਚੱਠਾ, ਜਿਹੜੀਆਂ ਕੰਪਲੇਂਟਸ ਸੀਗੀਆਂ ਉਹ ਲੈ ਕੇ ਨਗਰ ਨਿਗਮ ਪਹੁੰਚੇ ਹੋਏ ਨੇ ਸ਼੍ਰੀ ਗੋਵਰਧਨ ਪੋਪਲੀ ਜੀ, ਸਾਡੇ MC ਨੇ। ਪਰ ਮਸਲਾ ਫਿਰ ਉਹੀ ਆ ਗਿਆ, ਕੰਪਲੇਂਟਸ ਪਹੁੰਚਦੀਆਂ ਨੇ ਉੱਥੋਂ ਤੱਕ, ਪਰ ਗੱਲ ਤਾਂ ਇਹ ਆ ਵੀ ਉਸ ਉਹ ਇੰਪਲੀਮੈਂਟ ਹੋਣ, ਕਾਰਵਾਈ ਹੋਵੇ ਫਿਰ ਹੀ ਆ ਨਾ। ਉਹ ਵੀ ਇਸ ਚੀਜ਼ ਨੂੰ ਲੈ ਕੇ ਬੜੇ ਪਰੇਸ਼ਾਨ ਸੀਗੇ, ਉਹਨਾਂ ਨੇ ਵੀਡੀਓ ਵੀ ਜਾਰੀ ਕੀਤੀ ਵੀ ਕਿ ਸੁਣਵਾਈ ਨਹੀਂ ਹੋ ਰਹੀ। ਉਹਦਾ ਰੀਜ਼ਨ ਕਿਤੇ ਨਾ ਕਿਤੇ ਹੈ ਵੀ ਜਿਹੜੇ ਉੱਪਰ ਵਾਲੀ MLA ਆ, ਨੁਮਾਇੰਦੇ ਨੇ, ਉਹ ਕਿਤੇ ਨਾ ਕਿਤੇ ਅਣਦੇਖਿਆ ਕਰਦੇ ਨੇ ਕਿ ਜਿਸ ਵਾਰਡ ਦੇ ਵਿੱਚ ਉਹਨਾਂ ਦੀ ਪਾਰਟੀ ਤੋਂ ਇਲਾਵਾ ਕੋਈ ਹੋਰ ਕੈਂਡੀਡੇਟ ਹੈਗਾ ਆ, ਤਾਂ ਉਹਦੀ ਗੱਲ ਨੂੰ ਨਹੀਂ ਗੌਰ ਕਰਦੇ। ਲੱਗਦਾ ਨਹੀਂ ਕਿ ਜਿਹੜੇ ਕਾਂਗਰਸ ਦੇ ਕੌਂਸਲਰ ਨੇ ਜਿਹੜੇ ਕੁਛ ਜਿਹੜੇ ਜਿੱਤੇ ਹੋਏ ਨੇ ਕਿ MLA ਉਹ ਆਪਣੇ ਚਹੇਤਿਆਂ ਦਾ ਹੀ ਕੰਮ ਕਰਵਾ ਰਹੇ ਨੇ, ਜਿਹੜੇ ਅਕਾਲੀ ਦਲ ਦੇ ਕੌਂਸਲਰ ਨੇ ਉੱਧਰ ਕੰਮ ਜਾਣ ਕੇ ਨਹੀਂ ਕਰਵਾਇਆ ਜਾ ਰਿਹਾ। ਮੈਨੂੰ ਤਾਂ ਇਹ ਵੀ ਖੁਸ਼ੀ ਹੋਊ ਜੇ ਸੱਚਮੁੱਚ ਉਹਦੇ ਚਹੇਤਿਆਂ ਦਾ ਵੀ ਕੰਮ ਕਰਵਾ ਰਹੇ ਆ ਨਾ, ਮੈਂ ਤਾਂ ਵੀ ਖੁਸ਼ ਹੋਊਂਗੀ ਕਿ ਉਹ ਉਹਨਾਂ ਦਾ ਤਾਂ ਘੱਟੋ ਘੱਟ ਕੰਮ ਕਰਵਾ ਰਹੇ ਆ, ਵੀ ਉਹਨਾਂ ਦੀ ਤਾਂ ਸੁਣਵਾਈ ਹੋ ਰਹੀ ਆ। ਚਲੋ ਅਸੀਂ ਤਾਂ ਇਹ ਮੰਨ ਲਿਆ ਵੀ ਸਾਡੇ ਵਾਰਡ ਦੀ ਤਾਂ ਭਾਈ ਤਾਂ ਨਹੀਂ ਹੋ ਰਹੀ, ਪਰ ਜਿਨ੍ਹਾਂ ਦੀ ਮੈਂ ਤਾਂ ਤੁਸੀਂ ਉੱਥੇ ਜਾ ਕੇ ਵੀ ਦੇਖ ਲਓ, ਤੁਸੀਂ ਉੱਥੇ ਜਾ ਕੇ ਵੀ ਦੇਖ ਲਓ ਵੀ ਉਹਨਾਂ ਦੇ ਵਾਰਡਾਂ ਵਿੱਚ ਵੀ ਹੋ ਰਿਹਾ ਕੰਮ। ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ ਸੁਣਵਾਈ ਆ, ਚਾਹੇ ਉਹ ਕਿਸੇ ਵੀ ਪਾਰਟੀ ਦਾ ਨੁਮਾਇੰਦਾ ਆ, MC ਆ, ਉੱਪਰ ਸੁਣਵਾਈ ਹੈ ਹੀ ਨਹੀਂ। ਕੀ ਕੰਮ ਹੋਣ ਵਾਲੇ ਰਹਿੰਦੇ ਨੇ ਜਿਹੜੇ ਵਾਰਡ ਨੰਬਰ 7 ਦੇ ਵਿੱਚ, ਕੀ ਜਿਹੜੇ ਮੇਨ ਮੁੱਦੇ ਨੇ ਜਿਹੜੇ ਕੰਮ ਹੋਣ ਵਾਲੇ ਨੇ? ਜਿੱਦਾਂ ਸੀਵਰੇਜ ਸਭ ਤੋਂ ਪਹਿਲੀ ਗੱਲ ਆ, ਹੈ ਨਾ, ਅਤੇ ਸਾਡੇ ਪਿੱਛੇ ਇੱਧਰ ਵਾਰਡ ਦੇ ਵਿੱਚ ਪੂਰਾ ਪਿੰਡ ਵਸਿਆ, ਪੂਰੀ ਬਸਤੀ ਵਸੀ ਹੋਈ ਆ, ਉਹਦੇ ਵਿੱਚ ਲਾਈਟਿੰਗ ਦੇ ਪ੍ਰਬੰਧ ਨੂੰ ਲੈ ਕੇ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਕੀਤੇ ਹੋਏਗੇ। ਬਾਕੀ ਨਾ ਮੈਂ ਇਹ ਵੀ ਦੇਖਿਆ ਲੋਕ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਨੇ, ਜਿਸ ਤਰ੍ਹਾਂ ਕਿ ਰਾਸ਼ਨ ਕਾਰਡ ਨੂੰ ਲੈ ਕੇ ਬੜੀ ਸਮੱਸਿਆ ਆ ਰਹੀ ਹੈ, ਉਹ ਵੀ ਮੈਨੂੰ ਕਿਸੇ ਨੇ ਆਪਣਾ ਦੁੱਖ ਸਾਂਝਾ ਕੀਤਾ। ਤਾਂ ਇੱਥੇ ਪ੍ਰਤਾਪ ਰੋਡ 'ਤੇ ਰੇਲਵੇ ਰੋਡ 'ਤੇ ਬਣਿਆ ਹੋਇਆ ਆਫਿਸ, ਉੱਥੇ ਗਏ ਤਾਂ ਸਮੱਸਿਆ ਕੀ ਹੈਗੀ, ਉਹ ਕਹਿੰਦੇ ਜੀ ਪਿੱਛੋਂ ਹੀ ਮਾਣਨੇ ਬੰਦ ਹੋ ਗਏ, ਉੱਥੇ ਅਸੀਂ ਕੀ ਕਰਾਂਗੇ? ਕਾਂਗਰਸ ਸਰਕਾਰ ਆ ਬੜੇ ਵੱਡੇ ਵੱਡੇ ਦਾਅਵੇ ਕਰਦੀ ਆ ਕਿ ਵਿਕਾਸ ਜਿਹੜਾ ਮੋਗੇ ਦੇ ਵਿੱਚ ਬਹੁਤ ਹੋਇਆ, ਸੋਹਣਾ ਮੋਗੇ ਦਾ ਨਾਂ ਦਾ ਖਿਤਾਬ ਦਿੱਤਾ ਜਾ ਰਿਹਾ। ਨਹੀਂ, ਇਹ ਤਾਂ ਤੁਸੀਂ ਆਪ ਹੀ ਇਸ ਚੀਜ਼ ਦੇ ਸਾਰੇ ਗਵਾਹ ਨੇ, ਹੈ ਨਾ, ਤੁਸੀਂ ਮੋਗਾ ਦੇ ਵਸਨੀਕ ਹੋ, ਅਸੀਂ ਇਸ ਚੀਜ਼ ਦੇ ਸਾਰੇ ਗਵਾਹ ਹੈ ਕਿ ਵਿਕਾਸ ਦੇ ਨਾਂ 'ਤੇ ਸਿਰਫ ਗੱਲਾਂ ਹੁੰਦੀਆਂ, ਵਿਕਾਸ ਤਾਂ ਭੁੱਲ ਜਾਣ ਵਾਲੀ ਚੀਜ਼ ਹੋਈ ਪਈ ਆ। ਸਿਰਫ ਸਿਆਸੀ ਇਹਨਾਂ ਦੀਆਂ ਕੁਰਸੀਆਂ ਇਹਨਾਂ ਲਈ ਜ਼ਿਆਦਾ ਮਾਇਨੇ ਰੱਖਦੀਆਂ, ਇਹਨਾਂ ਲਈ ਕੁਰਸੀ ਦੀ ਮਹੱਤਤਾ ਹੈ, ਆਮ ਲੋਕਾਂ ਦੀਆਂ ਜਿਹੜੀਆਂ ਬੁਨਿਆਦੀ ਸਹੂਲਤਾਂ ਉਹਨਾਂ ਨੂੰ ਲੈ ਕੇ ਮੈਂ ਤਾਂ ਨਹੀਂ ਇਹਨਾਂ ਨੂੰ ਕਦੇ ਕੋਈ ਕੰਮ ਕਰਦੇ ਦੇਖਿਆ ਸੁਣਿਆ। ਸਾਡੇ ਨਾਲ ਹੋਰ ਲੋਕ ਵੀ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ, ਕੀ ਕਹਿਣਾ ਉਹਨਾਂ ਦਾ? ਮਾਤਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਾਤਾ ਜੀ। ਥੋੜ੍ਹਾ ਜਿਹਾ ਵੀ ਮੀਂਹ ਪੈਂਦਾ ਤੇ ਪਾਣੀ ਖੜ ਜਾਂਦਾ? ਮੈਂ ਕਿਹਾ ਜੀ ਸਾਡੇ ਤਾਂ ਬੱਚੇ, ਪੁੱਛੋ ਹੀ ਨਾ ਤੁਸੀਂ, ਬਾਹਰ ਅਸੀਂ ਕੱਢਦੇ ਨਹੀਂ, ਹਨੇਰੇ ਸਵੇਰੇ ਆਉਂਦੇ ਹਾਂ, ਸਾਨੂੰ ਇਹ ਨਹੀਂ ਬੱਚਾ ਵੀ ਸਾਡਾ ਬੱਚਾ ਕਿਹੜੇ ਸੀਵਰੇਜ 'ਚ ਡਿੱਗ ਪੈਣਾ। ਜਾ ਕੇ ਦੇਖੋ ਸਾਡੇ ਮਹੱਲੇ ਦੇ ਵਿੱਚ ਕਿੰਨੀ ਅਸੀਂ ਕੰਪਲੇਂਟਾਂ ਲਿਖਾਉਂਦੇ ਹਾਂ, ਕਿੰਨੇ ਅਸੀਂ ਧੱਕੇ ਖਾ ਲਏ, ਜਾ ਕਮੇਟੀ ਘਰ ਵੀ ਜਾ ਲਏ, ਹਲਕਾ ਵੀ ਮੇਰਾ ਜੁਆਈ ਖੁਦ ਲੱਗਿਆ ਕਮੇਟੀਆਂ ਘਰ ਦੇ ਵਿੱਚ, ਅਤੇ ਸਾਨੂੰ ਐਂ ਹੁੰਦਾ ਵਾ ਵੀ ਜੇ ਅਸੀਂ ਸੀਵਰੇਜ ਉਹਨਾਂ ਨੇ ਖੋਲ੍ਹ ਵੀ ਦਿੱਤਾ, ਕਰ ਵੀ ਲਿੱਤਾ, ਤਾਂ ਵੀ ਇਹਦੀ ਕੋਈ ਜ਼ਿੰਮੇਵਾਰੀ ਹੈ ਨਹੀਂ ਗੀ। ਜੇ ਕਮੇਟੀ ਤਰਫੋਂ ਆਊਗਾ ਤਾਂ ਚਲੋ ਕੋਈ ਜ਼ਿੰਮੇਵਾਰੀ ਤਾਂ ਹੋਊਗੀ ਨਾ, ਪਰਸੋਂ ਰਾਤ ਇਹ ਸਾਰੀ ਰਾਤ ਹੀ ਲੱਗੇ ਰਹੇ, ਮਤਲਬ ਉਹ ਸਾਡੇ ਤੋਂ ਲੈਣ ਨਹੀਂ ਚੱਲੀ ਹਾਰ ਕੇ, ਆਪਦੇ ਕੋਲੋਂ ਗੱਡੀ ਮੰਗਾ ਕੇ ਅਸੀਂ ਸਫਾਈ ਕਰਾਈ ਉਸ ਦੀ, ਠੀਕ ਹੈ ਨਾ। ਅਤੇ ਅੱਗੇ ਇੰਨਾ ਤਾਂ ਸੀਗਾ ਵੀ ਸਾਨੂੰ ਜਦੋਂ ਸਾਡੇ ਕੋਲ ਆਪਦੀ ਪਾਰਟੀ ਸੀਗੀ ਉਦੋਂ ਮਾੜਾ ਮੋਟਾ ਰੋਹਬ ਨਾਲ ਕੰਮ ਕਰਾ ਲੈਂਦੇ ਸੀ। ਕਾਂਗਰਸ ਸਰਕਾਰ ਕਹਿੰਦੀ ਆ ਬਹੁਤ ਵਿਕਾਸ ਕਰਾ ਰਹੇ, ਜਮਾ ਹੀ ਸਾਡਾ ਜਮਾ ਹੀ
ਉਹ ਕਰਾਤਾ ਸਾਡੇ ਮੇਰਾ ਜਵਾਈ ਮੇਰੇ ਦੋ ਤੀਆਂ ਪੰਜ ਹੋ ਗਈਆਂ ਜੀ ਕੋਈ ਸੁਣਵਾਈ ਨਹੀਂ ਹੁੰਦੀ ਗੀ ਕਮੇਟੀ ਘਰ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਇੱਥੇ ਵੀ ਨਹੀਂ ਹੋਏਗੀ ਠੀਕ ਹੈ ਨਾ ਬਾਕੀ ਵੇਖ ਲਓ ਸਾਡੇ 'ਤੇ ਪ੍ਰਧਾਨਾਂ 'ਤੇ ਸਾਡੇ 'ਤੇ ਇੰਨਾ ਅੱਤਿਆਚਾਰ ਹੋਇਆ ਸਿਰਫ ਅਕਾਲੀਆਂ ਨੇ ਸਾਡਾ ਸਹਾਰਾ ਦਿੱਤਾ ਅੱਗੇ ਅਸੀਂ ਹਰ ਵਾਰੀ ਇੱਥੇ ਮੋਗੇ ਦੇ ਵਿੱਚ ਹਰ ਵਾਰੀ ਮੋਗੇ ਦੇ ਵਿੱਚ ਕਾਂਗਰਸ ਹੀ ਆਉਂਦੀ ਸੀ ਕਾਂਗਰਸ ਕੁਰਸੀ ਲਿਜਾਂਦੀ ਸੀ ਪਰ ਐਤਕੀ ਕਾਂਗਰਸ ਨੇ ਸਾਡਾ ਕੋਈ ਸਹਾਰਾ ਨਹੀਂ ਦਿੱਤਾ ਤੁਸੀਂ ਕੀ ਕਹਿਣਾ ਚਾਹੋਗੇ ਇਹਦਾ ਹੀ ਪ੍ਰਾਹੁਣਾ ਲੱਗਿਆ ਜੀ ਸਾਡੇ ਮੇਰੇ ਘਰ ਵਾਲਾ ਲੱਗਾ ਜੀ ਉਹਨਾਂ ਦਾ ਕੋਈ 25 ਸਾਲ ਸੁਣਵਾਈ ਨਹੀਂ ਹੋਈ ਉਹਨਾਂ ਦੀ ਮਹੱਲੇ 'ਚ ਕੋਈ ਕੰਮ ਨਹੀਂ ਹੋ ਰਿਹਾ ਸੀਵਰੇਜ ਦਾ ਨਹੀਂ ਹੋ ਰਿਹਾ ਸਾਡੇ ਤਾਂ ਲਾਈਟ ਵੀ ਨਹੀਂ ਹੈਗੀ ਗੀ ਉਹਦੇ ਵਿੱਚ ਗਲੀ ਦੇ ਵਿੱਚ ਬਿਲਕੁਲ ਵੀ ਲਾਈਟ ਹੀ ਨਹੀਂ ਹੈਗੀ ਐ ਹਨੇਰਾ ਹੁੰਦਾ ਐ ਡਰ ਲੱਗਦਾ ਵੀ ਕੋਈ ਸੀਵਰ ਨਾ ਖੁੱਲਾ ਹੋਵੇ ਕੋਈ ਬੱਚਾ ਨਾ ਗਿਰ ਜਾਵੇ ਉਹਦੇ ਵਿੱਚ ਅਸੀਂ ਤਾਂ ਜੋ ਵੀ ਲਿਆਉਣਾ ਵਾ ਜਦੋਂ ਤੱਕ ਚਾਨਣਾ ਉਦੋਂ ਤੱਕ ਲੈ ਆਉਣਾ ਉਸ ਤੋਂ ਬਾਅਦ ਸਾਡੇ ਬਿਲਕੁਲ ਹਨੇਰਾ ਹੋ ਜਾਂਦਾ ਆਪਦੀਆਂ ਬੈਟਰੀਆਂ ਲਿਆ ਹੋਰ ਵੀ ਮਾਤਾ ਜੀ ਨੇ ਸਾਡੇ ਨਾਲ ਮਾਤਾ ਜੀ ਗੱਲ ਕਰਦੇ ਆ ਤੁਹਾਡੇ ਨਾਲ ਮਹੱਲੇ ਦਾ ਕੀ ਹਾਲ ਆ ਕੀ ਜਿਹੜੇ ਸੀਵਰੇਜ ਦਾ ਜਿਹੜਾ ਬੁਰਾ ਹਾਲ ਆ ਪਾਣੀ ਖੜ ਜਾਂਦਾ ਥੋੜਾ ਜਿਹਾ ਮੀਂਹ ਪੈਣ ਤੇ ਕੀ ਕਹਿਣਾ ਚਾਹੋਗੇ ਅਸੀਂ ਵੀਰੇ ਇਹ ਗੱਲ ਕਹਿੰਦੇ ਆ ਵੀ ਅਸੀਂ ਵੇਖੋ ਸੰਗਤ ਸਖਰਾਮੀਏ ਆ ਅਸੀਂ ਸਿਰਫ ਅਕਾਲੀਆਂ ਤਾਂ ਹੈਗੇ ਅਕਾਲੀਆਂ ਅਤੇ ਰਹਿਣਾ ਵੀ ਸਾਰੀ ਉਮਰ ਘੱਲ ਗਏ ਅਸੀਂ ਨਾ ਸਾਨੂੰ ਸਰਕਾਰ ਨੇ ਅਜੇ ਤੱਕ ਇੰਦਰਾ ਗਾਂਧੀ ਨੇ ਕੁਛ ਦਿੱਤਾ ਅਤੇ ਨਾ ਉਹ 5 ਸਾਲ ਮੇਰੇ ਫਾਦਰ ਜੀ ਜੇਲ੍ਹ ਕੱਟ ਕੇ ਆਏ ਪਾਕਿਸਤਾਨ 'ਚ ਠੀਕ ਆ 3 ਸਾਲ ਮੇਰੇ ਬੇਟੇ ਨੇ ਕੱਟ ਲਈ ਆ ਸਾਨੂੰ ਕਿਸੇ ਨੇ ਕੁਛ ਨਹੀਂ ਦਿੱਤਾ ਨਹੀਂ ਸੀਵਰੇਜ ਦਾ ਜਿਹੜਾ ਮਹੱਲੇ ਦਾ ਕੰਮ ਆ ਉਹ ਨਹੀਂ ਹੋ ਰਿਹਾ ਨਾ ਜੀ ਕੁਛ ਨਹੀਂ ਹੋ ਰਿਹਾ ਸਾਡੇ ਤੋਂ ਉੱਧਰ ਕੋਈ ਲਾਈਟ ਨਹੀਂ ਕੁਛ ਨਹੀਂ ਗਾ ਨਾ ਸਾਨੂੰ ਜੇ ਅਸੀਂ ਜੋ ਕਿਰਾਏ 'ਤੇ ਬੈਠੇ ਹੋਏ ਹਾਂ ਅਤੇ ਬਿੱਲ ਦਿੱਤੀ ਜਾਂਦੇ ਅਤੇ ਲਾਈਟ ਹੈ ਕੁਛ ਨਹੀਂ ਗਾ ਸਾਨੂੰ ਮਿਲ ਗਿਆ ਜੀ ਹੋਰ ਵੀ ਨੇ ਸਾਡੇ ਨਾਲ ਨੌਜਵਾਨ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਵਾਰਡ ਨੰਬਰ 7 ਦੇ ਵਿੱਚ ਸੀਵਰੇਜ ਨੂੰ ਲੈ ਕੇ ਸਟਰੀਟ ਲਾਈਟਾਂ ਨੂੰ ਲੈ ਕੇ ਕੀ ਸਮੱਸਿਆ ਆ ਰਹੀ ਹੈ ਸਮੱਸਿਆ ਬਾਈ ਜੀ ਸਟਰੀਟ ਲਾਈਟਾਂ ਨੂੰ ਸੀਵਰੇਜ ਦੀ ਕੰਪਲੇਂਟ ਸਾਡੇ ਗਵਰਨਰ ਪੋਪਲੀ ਜੀ ਕੌਂਸਲਰ ਨੇ ਇੱਥੋਂ ਦੇ ਵਾਰਡ ਨੰਬਰ 7 ਦੇ ਕੰਪਲੇਂਟ ਅਸੀਂ ਕਰ ਦਿੰਦੇ ਹਾਂ ਸੀਵਰੇਜ ਦੀ ਪਰ ਸਾਡੀ ਕੋਈ ਸੁਣਵਾਈ ਨਹੀਂ ਕਿਉਂਕਿ ਅਸੀਂ ਅਕਾਲੀ ਪਾਰਟੀ ਨਾਲ ਜੁੜੇ ਹੋਏ ਹੋਏ ਹਾਂ ਅਤੇ ਕਾਂਗਰਸ ਦਾ ਐੱਮ ਐੱਲ ਏ ਹੋਣ ਕਰਕੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਜੇ ਕੋਈ ਕੰਪਲੇਂਟ ਕਰਦੇ ਹਾਂ ਅੱਜ ਆਉਂਦੇ ਜੀ ਬੰਦੇ ਕੱਲ੍ਹ ਆਉਂਦੇ ਆ ਅਸੀਂ ਆਪਦੇ ਜੇਬਾਂ ਪੈਸੇ ਖਰਚ ਕੇ ਪ੍ਰਾਈਵੇਟ ਗੱਡੀਆਂ ਬੁਲਾ ਕੇ ਸੀਵਰੇਜ ਦਾ ਕੰਮ ਕਰਾ ਰਹੇ ਹਾਂ ਪਰ ਲਾਈਨਾਂ ਨਹੀਂ ਚੱਲ ਰਹੀਆਂ ਕਿਉਂਕਿ ਲਾਈਨਾਂ ਦੀ ਸ਼ੁਰੂ ਤੋਂ ਸਫਾਈ ਨਹੀਂ ਹੋਈ ਜਦੋਂ ਦੀ ਆਪਣੀ ਕਾਂਗਰਸ ਸਰਕਾਰ ਆਈ ਹੈ ਲਾਈਨਾਂ ਦੀ ਸਫਾਈ ਇੱਕ ਵਾਰ ਵੀ ਨਹੀਂ ਹੋਏਗੀ ਕਾਂਗਰਸ ਸਰਕਾਰ ਤਾਂ ਬੜੇ ਵੱਡੇ ਵੱਡੇ ਜਿਹੜੇ ਆ ਦਾਅਵੇ ਕਰਦੀ ਆ ਕਿ ਸੋਹਣਾ ਮੋਗਾ ਬਣਾਤਾ ਜਿਹੜੀਆਂ ਸਟਰੀਟ ਲਾਈਟਾਂ ਹੋਰ ਵੀ ਮੋਗੇ ਦਾ ਬਹੁਤ ਜਿਹੜਾ ਵਿਕਾਸ ਮੋਗੇ ਦੇ ਆਪਣਾ ਇੱਧਰੋਂ ਤੁਸੀਂ ਲਾ ਲਓ ਲੰਡੇ ਵਾਲੇ ਪਾਸੇ ਦੇ ਇੱਧਰੋਂ ਲਾ ਲਓ ਤੁਸੀਂ ਆ ਬੁਗੀਵਰਾ ਚੌਂਕ ਜਿਹੜਾ ਲਿਖਤਾ ਆਈ ਲਵ ਮੋਗਾ ਬਸ ਇਹੀ ਦੋ ਵਿਕਾਸ ਕੀਤੇ ਇਹਨਾਂ ਨੇ ਹੋਰ ਕੁਛ ਨਹੀਂ ਕੀਤਾ ਜੀ ਹੋਰ ਬਸ ਆਪਣੇ ਰਾਸ਼ਨ ਕਾਰਡ ਕੱਟ ਕੇ ਜਿਹੜੇ ਆਪਦੇ ਕਾਂਗਰਸੀ ਆਪਾਂ ਕਹਿੰਦੇ ਵਰਕਰ ਸੀਗੇ ਉਹਨਾਂ ਦੇ ਬਣਾਤੇ ਰਾਸ਼ਨ ਕਾਰਡ ਜਿਹੜੇ ਇੱਧਰ ਅਕਾਲੀ ਕੱਟ ਕੇ ਜਾਂ ਕੋਈ ਗਰੀਬ ਪਰਿਵਾਰ ਸੀ ਉਹਨਾਂ ਦਾ ਰਾਸ਼ਨ ਕਾਰਡ ਕੱਟ ਕੇ ਆਪਦੇ ਬੰਦਿਆਂ ਦੇ ਕਾਰਡ ਬਣਵਾਤੇ ਆ ਲੱਗਦਾ ਨਹੀਂ ਕਿ ਮੇਅਰ ਸਾਹਿਬ ਵੱਲੋਂ ਤੇ ਐਮਐਲਏ ਸਾਹਿਬ ਵੱਲੋਂ ਜਿਹੜਾ ਆਪਣੇ ਕੌਂਸਲਰਾਂ ਦਾ ਪੱਖ ਪੂਰਿਆ ਜਾ ਰਿਹਾ ਮੇਅਰ ਤਾਂ ਤੁਸੀਂ ਜੀ ਉਹ ਮੇਅਰ ਤਾਂ ਹੈ ਹੀ ਨਹੀਂਗੇ ਉਹ ਤਾਂ ਬਸ ਤੁਸੀਂ ਐਵੇਂ ਕਹਿ ਦਈਏ ਆਪਾਂ ਮੂਰਤੀ ਦਿਖਾਈ ਆ ਮੂਹਰੇ ਮੇਅਰ ਤਾਂ ਤੁਹਾਨੂੰ ਪਤਾ ਹੀ ਆ ਹਰਜੋਤ ਕਮਲ ਜੀ ਦੇ ਮੇਅਰ ਆਪਦੇ ਰੱਖੇ ਹੋਏ ਆ ਉਹਨਾਂ ਦੇ ਉਹਨੇ ਵਾਈਫ ਖੁਦ ਮੇਅਰ ਆ ਕਿਉਂਕਿ ਜਦੋਂ ਤੁਹਾਨੂੰ ਪਤਾ ਮੇਅਰ ਤਾਂ ਸਾਈਡ ਦੇ ਕੁਰਸੀ 'ਤੇ ਬੈਠੇ ਹੁੰਦੇ ਆ ਆਪ ਉਹਦੀ ਹਰਜੋਤ ਕਮਲ ਦੀ ਵਾਈਫ ਮੂਹਰੇ ਹੁੰਦੀ ਆ ਇਹ ਮੇਅਰ ਨਾਲ ਤਾਂ ਕੰਮ ਹੀ ਖਤਮ ਆ ਜੀ ਬਿਲਕੁਲ ਇਹ ਵਾਰਡ ਨੰਬਰ 7 ਦੇ ਲੋਕਾਂ ਦਾ ਇਹੀ ਕਹਿਣਾ ਕਿ ਜਿਹੜੀਆਂ ਪ੍ਰੋਬਲਮ ਜਿਹੜੀਆਂ ਬਹੁਤ ਆ ਰਹੀਆਂ ਨੇ ਜਿਹੜਾ ਮੀਂਹ ਦਾ ਥੋੜ੍ਹਾ ਜਿਹਾ ਵੀ ਮੀਂਹ ਪੈਂਦਾ ਅਤੇ ਪਾਣੀ ਜਿਹੜਾ ਪੂਰਾ ਖੜਾ ਹੋ ਜਾਂਦਾ ਸੀਵਰੇਜ ਦੀ ਸਮੱਸਿਆ ਬਹੁਤ ਜ਼ਿਆਦਾ ਸਟਰੀਟ ਲਾਈਟਾਂ ਦੀ ਬਹੁਤ ਜ਼ਿਆਦਾ ਸਮੱਸਿਆ ਕਿਤੇ ਨਾ ਕਿਤੇ ਕਾਂਗਰਸ ਸਰਕਾਰ 'ਤੇ ਨਿਸ਼ਾਨੇ ਜ਼ਰੂਰ ਸਾਧਿਆ ਨਜ਼ਰ ਜਾ ਰਿਹਾ ਕਿ ਜਿਹੜਾ ਪੱਖ ਪੂਰਿਆ ਜਾ ਰਿਹਾ ਐੱਮਐੱਲਏ ਵੱਲੋਂ ਜਾਂ ਕਾਂਗਰਸ ਦੇ ਜਿਹੜੇ ਮੇਅਰ ਨੇ ਉਹਨਾਂ ਵੱਲੋਂ ਆਪਣੇ ਚਹੇਤਿਆਂ ਦਾ ਪੱਖ ਪੂਰਿਆ ਜਾ ਰਿਹਾ ਅਤੇ ਆਪਣੇ ਹੀ ਜਿਹੜੇ ਲੋਕਾਂ ਦਾ ਜਾਂ ਆਪਣੇ ਹੀ ਵਰਕਰਾਂ ਦਾ ਜਿਹੜਾ ਕੰਮ ਕਰਵਾਇਆ ਜਾ ਰਿਹਾ ਹੋਰ ਵੀ ਲੋਕ ਨੇ ਸਾਡੇ ਨਾਲ ਉਹਨਾਂ ਦਾ ਪੁੱਛਦੇ ਆ ਕੀ ਕਹਿਣਾ ਸੀਵਰੇਜ ਬੰਦ ਹੈ ਜੀ ਮੀਂਹ ਥੋੜ੍ਹਾ ਜਿਹਾ ਵੀ ਪੈਂਦਾ ਅਤੇ ਸੀਵਰੇਜ ਬੰਦ ਹੋ ਜਾਂਦਾ ਕੀ ਕਾਰਨ ਹੈ ਜਾਂ ਕੀ ਤੁਸੀਂ ਕੰਪਲੇਂਟਾਂ ਨਹੀਂ ਲਿਖਵਾਈਆਂ ਕਿਵੇਂ ਆ ਬਹੁਤ ਕੰਪਲੇਂਟਾਂ ਲਿਖਵਾਈਆਂ ਜੀ ਅਸੀਂ ਉੱਥੇ ਸੁਣਵਾਈ ਹੈ ਨਹੀਂ ਗੀ ਉੱਥੇ ਤਾਂ ਜਿਹੜੇ ਕਾਂਗਰਸੀ ਐਮਸੀ ਉਹਨਾਂ ਦੀ ਮਾੜੀ ਮੋਟੀ ਸੁਣਵਾਈ ਹੁੰਦੀ ਸੀ ਸਾਡੀ ਤਾਂ ਜਮ੍ਹਾਂ ਹੀ ਨਹੀਂ ਹੋਈ ਅਸੀਂ ਤਾਂ ਸਾਰੀਆਂ ਸਟੀਲਰ ਦਾ ਸਰਵੇ ਕਰਾ ਕੇ ਵੀ ਦੇ ਚੁੱਕੇ ਹਾਂ ਲੈਟਰ ਪੈਡ 'ਤੇ ਵੀ ਇੰਨੀਆਂ ਸਾਡੇ ਲੱਗਣ ਵਾਲੀਆਂ ਕਿਤੇ ਨਹੀਂ ਲਾਈਆਂ ਇਹਨਾਂ ਨੇ ਕੋਈ ਸੁਣਵਾਈ ਨਹੀਂ ਉੱਥੇ ਜੀ ਆਉਂਦੀਆਂ ਹੀ ਨਹੀਂ ਆਉਂਦੇ ਬਸ ਸਾਡਾ ਤਾਂ ਰੌਲਾ ਹੀ ਪੈ ਗਿਆ ਮਹਿਤੇ ਨਾਲ ਜੀ ਪੈ ਗਿਆ ਫਾਨੇ ਨਾਲ ਪੈ ਗਿਆ ਲਾਰੇ ਲਾ ਕੇ ਮੋੜਦੇ ਆ ਅਤੇ ਸਾਡੇ ਤਾਂ ਆਹ ਕੋਲੋਂ ਅਸੀਂ ਪੈਸੇ ਪੂਏ ਖਰਚ ਕੇ ਕੰਮ ਚਲਾਇਆ ਇਹਨਾਂ ਦਾ ਅਤੇ ਮਹੱਲੇ ਵਾਲਿਆਂ ਦਾ ਮਹੱਲੇ ਵਾਲੇ ਸਾਡੇ ਗੱਲ ਪੈਂਦੇ ਵੀ ਤੁਸੀਂ ਹਰ ਇੱਕ ਵਾਰੀ ਵੋਟਾਂ ਨੂੰ ਆ ਜਾਂਦੇ ਆ ਵੋਟਾਂ ਕਾਹਦੇ ਆਸਰੇ ਦੇਈਏ ਜੋ ਸਾਡੇ ਕੰਮ ਤਾਂ ਹੁੰਦੇ ਨੇ ਸਾਡੇ ਪਾਣੀ ਵੇਖ ਲਓ ਸਾਡਾ ਢੱਕਣ ਵੇਖ ਲਓ ਸੀਵਰੇਜ ਵੇਖ ਲਓ ਜਾਂਦੀ ਸਾਨੂੰ ਇਹੀ ਮਿਲਦੀ ਹੈ ਅਤੇ ਪਰ ਇੱਕ ਇੰਨੀ ਜ਼ਰੂਰ ਹੈ ਅਤੇ ਇੱਥੋਂ ਕਾਂਗਰਸ ਭੁੱਲ ਜੇ ਵੀ ਸਾਡੇ ਏਰੀਏ 'ਚ ਵੋਟ ਲੈ ਜਾਓ ਵੀ ਨਹੀਂ ਕੀ ਕਾਰਨ ਕੀ ਹੈ ਕਾਂਗਰਸ ਆਪਣੇ ਚਹੇਤਿਆਂ ਦਾ ਕੰਮ ਕਰਵਾ ਰਹੀ ਹੈ ਕੀ ਕਾਰਨ ਕੀ ਹੈ ਕਾਂਗਰਸ ਪੱਖਪਾਤ ਕਰ ਰਹੀ ਹੈ ਕੀ ਕਹਿਣਾ ਚਾਹੁੰਦੇ ਇਹੀ ਹੈ ਜੀ ਕਾਂਗਰਸ ਦਾ ਐਮਐਲਏ ਸੀਗਾ ਹਰਜੋਤ ਕਮਲ ਜੀ ਹਰਜੋਤ ਕਮਲ ਤੁਹਾਨੂੰ ਪਤਾ ਹੀ ਹੈ ਉਹਨੇ ਤਾਂ ਲਾਗਬਾਜੀ ਸਟ੍ਰੈਟੀ ਤੱਕ ਵੀ ਕੱਢ ਲਈ ਆਪਦੀ ਪਾਰਟੀ ਬਾਜੀ ਹੁਣ ਤਾਂ ਕਹਿੰਦਾ ਨਾ ਮੈਂ ਪਾਰਟੀ ਬਾਜੀ ਨਹੀਂ ਅੱਜ ਕੱਲ੍ਹ ਰੱਖੀ ਸਟ੍ਰੈਟੀ ਦਾ ਵੀ ਸਾਡਾ ਜਿਹੜਾ ਹੈਗਾ ਨਾ ਉੱਥੇ ਮੇਰਾ ਦੂਜਾ ਬਦਲਤਾ
ਗੋਵਰਧਨ ਨੂੰ ਜਿਤਾਤਾ, ਆਹ ਹੀ ਰੱਖਿਆ ਸਾਡੇ ਨਾਲ ਤਾਂ ਇਸ ਵਾਰਡ ਦੇ ਨਾਲ ਤਾਂ ਉਹਨੇ, ਹੋਰ ਕੁਛ ਨਹੀਂ। ਬਿਲਕੁਲ ਇਹੀ ਕਹਿਣਾ ਇਹਨਾਂ ਲੋਕਾਂ ਦਾ ਕਿ ਜਿਹੜਾ ਸਾਡੇ ਨਾਲ ਜਿਹੜਾ ਕੋਈ ਨਾ ਕੋਈ ਕਿਤੇ ਨਾ ਕਿਤੇ ਬੇਇਨਸਾਫੀ ਹੋ ਰਹੀ ਆ ਕਿ ਜਿਹੜੇ ਆਪਣੇ ਜਿਹੜੇ ਚੇਤਿਆਂ ਦੇ ਜਿਹੜੇ ਕਾਂਗਰਸ ਸਰਕਾਰ ਵੱਲੋਂ ਕੰਮ ਕਰਵਾਏ ਜਾ ਰਹੇ ਨੇ, ਕਿਤੇ ਨਾ ਕਿਤੇ ਨਗਰ ਨਿਗਮ ਮੋਗਾ ਦੇ ਜ਼ਰੂਰ ਜਿਹੜਾ ਕਿਤੇ ਨਾ ਕਿਤੇ ਸਵਾਲਿਆ ਜਿਹੜਾ ਨਿਸ਼ਾਨ ਸ਼ੁਰੂ ਦਿਖਦਾ ਜ਼ਰੂਰ ਦਿਖਾਈ ਦੇ ਰਿਹਾ। ਪੁਰਵ ਅਰੋੜਾ ਮੋਗਾ।